ਗੱਲ ਕਰੇ ਨਾ ਚਿੱਠੀਆਂ ਡਾਰੀਆਂ ਵਾਲੇ ਬਾਬਿਓ, ਤਜਰਬੇ ਚ ਗੁਜ਼ਰੇ ਬੈਠੇ ਹੋ, ਦੁਨੀਆ ਖੁਸ਼ੀਆਂ ਤੇ ਖਰਚ ਕਰੇ ਲਈਏ ਅਰਬਾਂ ਖਰਬਾਂ ਦੁਨੀਆ ਖੁਸ਼ੀਆਂ ਤੇ ਖਰਚ ਕਰਦੀ ਹੈ। ਸ਼ੀਆ ਮੈਨੂੰ ਤੈਨੂੰ ਮੇਰੇ ਕਰੋੜਾਂ ਸਲਾਮ। ਇਹ ਵਾਹਿਦ ਸ਼ੀਆ ਕੌਮ ਹੈ ਜਿਹੜੀ ਅਰਬਾਂ ਖਰਬਾਂ ਰੋਮਨ ਤੇ ਖਰਚ ਕਰਦੀ। ਜਾਬਿਰ ਸ਼ਾਹ ਜੀ ਸਹੀ ਮੌਲਾ ਤੇਰੀ ਜ਼ਿੰਦਗੀ ਕਰੇ। ਨੌਜਵਾਨ ਜਜ਼ਬਾਤੀ ਨੌਜਵਾਨ ਹੈ, ਸੋਹਣੇ ਫਜ਼ਾਇਲ 'ਚ ਦਿਲੋਂ ਨਾਰੇ ਮਾਰਦਾ ਹੈ। ਇੱਕ ਹੰਜ ਪਿੰਨ ਲੈ ਸ਼ਾਮ ਵਾਲੀ ਸਹਿਣ ਤੋਂ, ਇਹ ਹੰਜ ਮਿਲਦੀ ਹੈ ਸ਼ਾਮ ਵਿੱਚੋਂ, ਇਹ ਮੰਗਣੀ ਪਾਉਂਦੀ ਹੈ ਪਿੰਨਣੀ ਪਾਉਂਦੀ ਹੈ। ਕੌਮ ਸ਼ੀਆ ਅਰਬਾਂ ਖਰਚ ਕਰਦੀ ਹੈ, ਕੈਨੂੰ ਇੱਕ ਹੰਝਾ ਬਣੇ ਪਾਕ ਜ਼ੈਨਬ ਦੀ ਚਾਦਰ ਨੂੰ ਯਾਦ ਕਰ। ਹਮ ਸ਼ਕਲੇ ਪੈਗੰਬਰ ਦੀ ਸੋਹਣੀ ਜਵਾਨੀ ਨੂੰ ਯਾਦ ਕਰਕੇ। ਬਜ਼ੁਰਗ ਜ਼ਾਕਰਾਂ ਦੀ ਜ਼ਾਕਰੀ ਮੇਰੇ ਪਿੱਛੇ ਬਜ਼ੁਰਗ ਬੈਠਾ ਹੈ, ਜੰਡਵੀ ਸਾਹਿਬ ਵੀ ਬਜ਼ੁਰਗ ਹੈ, ਮੇਰਾ ਅਜ਼ੀਜ਼ ਦੇ ਸ਼ਰਾਫਤ ਰਾਕਟ ਬਜ਼ੁਰਗ, ਮੇਰੇ ਭਰਾ ਦਾ ਪੁੱਤਰ ਹੈ, ਚੰਗੇ ਘਰ ਜ਼ਾਕਰੀ ਦੇ। ਜ਼ਾਕਿਰ ਉਹ ਹੁੰਦਾ ਹੈ ਜਿਹੜਾ ਇਸ ਘਰ ਦੀ ਪਹਿਚਾਣ ਰੱਖੇ। ਇਹ ਘਰ ਹੈ ਜਿੱਥੇ ਕੁਰਾਨ ਨਾਜ਼ਿਲ ਹੋਇਆ ਹੈ, ਕੁਰਾਨ ਇਹਨਾਂ ਦੀ ਸ਼ਾਨ 'ਚ ਨਾਜ਼ਿਲ ਹੋਇਆ ਹੈ। ਇਹ ਘਰ ਸੋਹਣੇ ਮਸਾਹਿਬ ਪੜ੍ਹਦੇ ਨੇ, ਮਗਰ ਇਹਨਾਂ ਦੀ ਇੱਜ਼ਤ ਅਜ਼ਮਤ ਜਿੱਦਾਂ ਅੱਲਾ ਮੁਹਾਫਿਜ਼ ਹੈ। ਮੌਲਾ ਦੇ ਜ਼ਾਕਰਾਓ ਅਦਬ 'ਚ ਪੜ੍ਹੋ, ਸ਼ਹੀਦਾਂ ਦਾ ਦੁੱਖ ਅੱਜ ਦਿਲ ਬਣ ਗਿਆ ਮੈਨੂੰ, ਜ਼ੈਗਮ ਖਾਨ ਦੇ ਬੱਚਿਆਂ ਦਾ ਹੁਕਮ ਹੈ। ਫਰੀਦ ਕਾ ਸਾਨੂੰ ਉਹ ਪੁਰਾਣੀ ਜ਼ਾਕਰੀ ਸੁਣਾ, ਉਹ ਦੁਆ ਸੁਣਾ, ਮੇਰੇ ਬੱਚਿਆਂ ਤੁਹਾਡਾ ਹੁਕਮ ਪਿਆ ਮਨੇ ਨਾ। ਬਜ਼ੁਰਗ ਪੜ੍ਹਦੇ ਆਏ ਕਾਇਮੇ ਜ਼ਮਾਨਾ, ਅੱਜ ਤੂੰ 50 ਸਾਲ ਕਾਇਮੇ ਜ਼ਮਾਨਾ ਸਰਕਾਰ ਹਸਰਤ ਕਿਹੜੀ ਹੈ? ਜ਼ਮੀਨਾਂ ਜਾਇਦਾਦਾਂ ਕੋਠੀਆਂ ਬੰਗਲੇ ਸੋਨਾ ਚਾਹਦੀ ਨਹੀਂ ਮੌਲਾ, ਤੇਰੀ ਕਸਮ ਤੇਰੇ ਬਾਬੇ ਦੀ ਕਸਮ, ਤੇਰੀ ਪਾਕ ਮਾਂ ਦੀ ਕਸਮ, ਇਸ ਪੂਰੇ ਮਜ਼ਮੇ ਦੀ ਇੱਕ ਹਸਰਤ ਉਹ ਵਸੇ ਜੋ ਸੱਚਾ।
ਅਲੀ ਅਕਬਰ ਦਾ ਵਾਸਤਾ ਹੀ ਬੀਬੀ ਫਰਿਆਦ ਕਰੇ ਨਾ ਸਾਹਿਬ ਇੱਕ ਹੰਜ ਦੀ ਖਰਾਇਤ ਦੇ ਬੀਬੀ ਖਾਲੀ ਨਾ ਵਾਲਾ ਤੈਨੂੰ ਗਾਜ਼ੀ ਦੀ ਚੋਪ ਦਾ ਵਾਸਤਾ ਮਿੰਨਤ ਕਰੇ ਨਾ ਇੱਕ ਵਾਰ ਇੰਜ ਝੋਲੀ ਜਾਓ ਤੁਹਾਨੂੰ ਸ਼ਾਮ ਵਾਲੀ ਸਹਿਣ ਦਾ ਵਾਸਤਾ ਦੇਣਾ ਸਾਰਾ ਮਜਮਾ ਇੰਜ ਝੋਲੀ ਜਾਓ ਮੇਰੀਆਂ ਧੀਆਂ ਤੁਸਾਂ ਹੀ ਝੋਲੀ ਜਾਓ ਮੇਰੀਆਂ ਮੁਰਸ਼ਦ ਜ਼ਾਦੀਆਂ ਜਿਹੜੀਆਂ ਪੱਤੇ 'ਚ ਬੈਠੀਆਂ ਹੋ ਕਰੋ ਸਵਾਲ ਫਰੀਦ ਕਾ ਪੁਰਾਣਾ ਜ਼ਾਕਰੇ ਝੋਲੀ ਕਿਉਂ ਚਵਾਈ ਹੈ ਇੱਕ ਦੁਆ ਮੰਗਣੀ ਹੈ ਮੇਰਾ ਕਰੀ ਬੈਠੇ ਹੋ ਸ਼ਾਲਾ ਧੀਆਂ ਦਾ ਦੁੱਖ ਪਿਓ ਨਾ ਵੇਖੇ ਬਜ਼ੁਰਗ
لوگ بیٹھے ہو کدی بھی لوگ بیٹھے ہو ایک رواج پیا پڑھدا شالا سمجھ آ بندے Yeah.